अंदर गए थे सरकार के साथ, सरकार के मंत्रियों के साथ, वो इस वक्त बाहर आ रहे हैं विज्ञान भवन से। तकरीबन 8 घंटे तक चली है ये बैठक, 8 घंटे तक बैठक चली और उसके बाद ये किसान बाहर वापस आ रहे हैं। 8 घंटे तक चली बैठक विज्ञान भवन में, ये बैठक बहुत लंबी बैठक है, लंबी बैठक है ये। 2 बार इससे पहले बैठक चल चुकी है, उसके बाद ये तीसरी बैठक है जो अब तक सबसे लंबी चली है, सबसे लंबी चलने वाली बैठक। किसानों की तस्वीर देखिए किस तरह से तमाम किसान एक साथ खड़े हैं और एक साथ बाहर आए हैं। ये देखिए किस तरह से एक साथ तमाम किसान खड़े हुए हैं, उनकी तस्वीरें दिखा रहा हूँ मैं आपको। ये किसान आगे मत बढ़ो, ये देखना होगा किसान कितने कामयाब रहे हैं, अपनी मांग मनाने में बाहर निकलाया जा रहा है। देखना होगी तो बाहर लगातार तस्वीर दिखा रहे हैं तुहानू। अग्रह साहब की कहना की बनया, अज अग्रह साहब की बनया बिल वापस नहीं हुए, बिल वापस होया या नहीं हुए? अच्छा आओ फिर आओ जी आओ रहे, बिल वापस नहीं हुए। इधर आ गए परसों फिर बैठ के चले जावे, ये गल का कोई फायदा नहीं, ऐसा ठोक के कह नहीं आया, तुसी विचार के आयो पर ग्राम साहब ये भी गल है कि अमेंडमेंट करना चाहती है सरकार या की कहना, उन्होंने कहना की है सारे भरावान बेनती इस वीडियो नूं वध तों वध शेयर करो नुक्तियां दा, उहदे उत्ते की गल हुई है
ਉਹਨਾਂ ਨੁਕਤਿਆਂ ਤੇ ਕੋਈ ਗੱਲ ਨਹੀਂ, ਬਹਿਸ ਹੀ ਹੋਈ ਹੈ। ਉਹ ਪਹਿਲੀ ਗੱਲ ਉਹਨਾਂ ਦਾ ਰਾਊਂਡ ਚੱਲਿਆ, ਉਹਨਾਂ ਨੇ ਆਪਣੀ ਗੱਲ ਰੱਖੀ ਹੈ ਵੀ ਕਾਨੂੰਨ ਕਿਵੇਂ ਕੀਤੀ। ਦੂਜੇ ਰਾਊਂਡ ਦਾ ਅਸੀਂ ਜਵਾਬ ਦਿੱਤਾ ਕਿ ਆਹ ਕੰਮ ਸਾਰੀਆਂ ਗੱਲਾਂ ਦਾ ਅਸੀਂ ਜਵਾਬ ਦਿੱਤਾ। ਪਰ ਉਹ ਤੋਂ ਬਾਅਦ ਉਹ ਫਿਰ ਬ੍ਰੇਕ ਲੈ ਕੇ ਆ ਕੇ ਉਹਨਾਂ ਨੇ ਜਿਹੜੀ ਆਪਦੇ ਜਿਵੇਂ ਪਰਮੋ ਨੂੰ ਪੁੱਛ ਕੇ ਆਉਣਾ ਹੁੰਦਾ, ਉਹਨਾਂ ਨੂੰ ਪੁੱਛ ਕੇ ਆ ਕੇ ਫਿਰ ਕਿਹਾ, ਮਤਲਬ ਮੁੱਖ ਮੰਤਰੀ ਨੇ ਵੀ MSP ਦਾ ਜੀ ਸੁਣੀ ਰਹੂ, MSP ਰਹੂਗੀ ਸਰਕਾਰੀ ਖਰੀਦ ਹੀ ਰਹੂਗੀ। ਉਹਦੀ ਐ ਨਹੀਂ ਵੀ ਕੋਈ ਲੀਗਲੀ ਸਾਨੂੰ ਕੋਈ ਉਹਦਾ ਪ੍ਰੋਸੈਸ, ਮਤਲਬ ਗੱਲ ਤੇ ਅਜੇ ਵੀ ਉੱਥੇ ਹੀ ਖੜੀ ਹੈ ਨਾ। ਜ਼ੁਬਾਨੀ ਕਹਿ ਰਹੇ ਨੇ MSP ਰਹੂਗੀ, ਕਿਸੇ ਉਹਨੂੰ ਕਾਨੂੰਨ ਚ ਬਦਲਾਵ ਨਹੀਂ ਕਰਨਾ ਚਾਹੁੰਦੇ ਜਾਂ ਰੱਦ ਨਹੀਂ ਕਰਨਾ ਚਾਹੁੰਦੇ, ਜ਼ੁਬਾਨੀ ਕਹਿ ਰਹੇ ਨੇ ਅਜੇ। ਸਾਰੀਆਂ ਗੱਲਾਂ ਦੀ ਜ਼ੁਬਾਨੀ ਹੋਇਆ, ਇਹਨੂੰ ਓਪਨ ਰੱਖਾਂਗੇ, ਇਹਨੂੰ ਖੁੱਲਾ ਰੱਖਾਂਗੇ, ਇਹਦੇ ਤੇ ਵਿਚਾਰ ਕਰਾਂਗੇ। ਆਹੀ ਗੱਲਾਂ ਹੋਈਆਂ ਨੇ ਜਿਹੜੀ ਐ ਕਹਿ ਸਕਦੇ ਆ ਵੀ ਕੁਝ ਕੱਢਣ ਪਾਉਣਗੇ। ਜਿਹੜੀ ਦੂਸਰੀ ਮੀਟਿੰਗ ਮੰਤਰੀਆਂ ਨੇ ਆਪ ਕੀਤੀ ਹੈ ਵੱਖਰੀ ਜਾ ਕੇ, ਉਹ ਕਿਉਂ ਕੀਤੀ ਹੈ, ਕਿੱਥੇ ਆ ਗੱਲ ਫਸੀ ਸੀ ਆ ਕੇ? ਦੇਖੋ ਇਹਦਾ ਮੰਤਰੀਆਂ ਨੂੰ ਪਤਾ ਹੋਣਾ, ਸਾਨੂੰ ਕਿਹੜਾ ਉੱਥੇ ਬੁਲਾਇਆ ਹੋਇਆ, ਪੰਜਾਬ ਲੈ ਕੇ ਗੱਲਬਾਤ ਠੀਕ ਹੈ, ਕਿੱਥੇ ਫਸੀ ਹੈ? ਨਹੀਂ ਤੁਹਾਡੀ ਵੀ ਗੱਲ ਹੋਈ ਸੀ ਨਾ ਵੀ ਉਹਨਾਂ ਫਿਰ ਵੱਖਰੀ ਜਾ ਕੇ ਮੀਟਿੰਗ ਕੀਤੀ ਮੰਤਰੀਆਂ ਨੇ, ਵੱਖਰੀ ਉਹ ਚਾਹ ਦਾ ਬ੍ਰੇਕ ਲੈ ਕੇ ਕਹਿੰਦੇ ਮੀਟਿੰਗ ਕੀਤੀ। ਅੱਜ ਕਿਸਾਨਾਂ ਨੇ ਝੁੰਝੇ ਬਹਿ ਕੇ ਅੰਦਰ ਰੋਟੀ ਖਾਧੀ, ਉਹ ਉਹਨਾਂ ਦੀ ਰੋਟੀ ਵੀ ਨਹੀਂ ਖਾਧੀ ਕਿਸਾਨਾਂ ਦੀ, ਉਹ ਸਾਡੇ ਕਿਸਾਨ ਕਹਿ ਦਿੰਦੇ ਆ ਵੀ ਜੇ ਰੋਟੀ ਖਾ ਕੇ ਮੁੜੇ ਇੱਧਰ ਚਲੇ ਜਾਓ, ਜਵਾਬ ਨਹੀਂ ਕਰਾਂਗੇ ਅਸੀਂ ਕੀ ਆਪਾਂ ਨਹੀਂ ਜਾ ਕੇ ਅੱਜ ਉੱਧਰ ਚਲੇ ਜਾਵਾਂ, ਇੱਧਰ ਚਲੇ ਜਾਵਾਂ ਅਗਲੀ ਮੀਟਿੰਗ ਦੇ ਵਿੱਚ। ਤੁਸੀਂ ਜਾਣਾ ਹੈ ਜਾਂ ਹੋਰ ਜਥੇਬੰਦੀਆਂ ਦਾ, ਤੁਸੀਂ ਆਪਦੀ ਜਥੇਬੰਦੀ ਦਾ ਦੱਸ ਸਕਦੇ ਹੋ ਅਗਲੀ ਮੀਟਿੰਗ 'ਚ ਗ੍ਰਾਹਾਂ ਵੀਕੇ ਜੋ ਗ੍ਰਾਹਾਂ ਸ਼ਾਮਿਲ ਹੋਏਗੀ ਨਹੀਂ ਹੋਏਗੀ? ਦੇਖੋ ਅਸੀਂ ਵੀ ਵਿਚਾਰਾਂਗੇ ਦੂਜੀਆਂ ਜਥੇਬੰਦੀਆਂ ਨਾਲ ਵੀ ਰਾਇ ਲਾਵਾਂਗੇ, ਉਹਨਾਂ ਨੇ ਸਾਡੀ ਮੀਟਿੰਗ ਰੱਖੀ ਸਾਂਝੀ ਮੀਟਿੰਗ। ਫੈਸਲਾ ਯੂਨੈਨੀਮਸ ਲਈ ਲਿਆ ਜਾਏਗਾ, ਪਰ ਇੱਕ ਗੱਲ ਜ਼ਰੂਰ ਸੁਣਨਾ ਚਾਹਾਂਗੇ, ਅੰਦਰੋਂ ਖਬਰ ਆਈ ਸੀ ਕਿ ਮੰਤਰੀ ਉੱਠ ਕੇ ਕਾਫੀ ਦੇਰ ਲਈ ਬਾਹਰ ਗਏ ਸੀ, ਉਹਨਾਂ ਨੇ ਕੁਝ ਸਲਾਹ ਮਸ਼ਵਰਾ ਕੀਤਾ ਵਰਮੋਆਂ ਨੂੰ ਪੁੱਛਿਆ ਹੋਣਾ, ਪਿੱਛੇ ਬੈਠੇ ਨੇ ਜਿਹੜੇ ਉਹਨਾਂ ਨੂੰ ਪੁੱਛਿਆ ਹੋਣਾ, ਉਹਨਾਂ ਨਾਲ ਰਾਇ ਮਸ਼ਵਰਾ ਲਾ ਕੇ ਉਹਨਾਂ ਨੇ ਖੇਤੀਬਾੜੀ ਮੰਤਰੀ ਦਾ ਬੋਲ ਰਹੀ ਉਹਨਾਂ ਜਿੰਨਾ ਨੂੰ ਮਗਰ ਕਹਿ ਦਿੰਦੇ ਇੰਨਾ ਕਹਿਣਾ। ਚਿਹਰਾ ਕੀ ਕਹਿ ਰਹੇ ਸੀ ਉਹਨਾਂ ਦੇ ਜਦੋਂ ਉਹ ਆਪਣੇ ਕੰਮਾਂ ਕੋਲ ਜਾ ਕੇ ਆਏ ਸੀ? ਉਦੋਂ ਦਾ ਚਿਹਰੇ ਜਿਹੇ ਜਿਹੇ ਪਹਿਲਾਂ ਸੀ, ਚਿਹਰਾ ਤੇ ਬਹੁਤਾ ਫਰਕ ਨਹੀਂ ਸੀ ਉਹਨਾਂ ਦਾ ਪਿਆ, ਉਹਨਾਂ ਨੂੰ ਪਤਾ ਸੀ ਵੀ ਤੁਹਾਨੂੰ ਤਾਂ ਮਨਕਾ ਨਹੀਂ। ਨਰਿੰਦਰ ਤੋਮਰ ਦੀਆਂ ਜਿਹੜੇ ਪਹਿਲੇ ਬਿਆਨ ਸੀਗੇ, ਪਹਿਲੀ ਸਟੇਟਮੈਂਟ ਸੀਗੀ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀਗੀ ਬੜੀ ਰਿਜਿਡ ਸੀਗੀ, ਉਹ ਪਹਿਲੇ ਵੀ ਇਹ ਕਹਿੰਦੇ ਨੇ ਗੱਲ ਕਰਨੀ ਕਰ ਲਓ ਆ ਕੇ, ਮੇਰੇ ਨਾਲ ਬਦਲਾਵ ਕੋਈ ਨਹੀਂ ਹੋਣਾ। ਹੁਣ ਪਹਿਲੇ ਦੇ ਨਾਲੋਂ ਹੁਣ ਬਦਲਾਵ ਕਿਤੇ ਸੁਰ ਦੇ ਵਿੱਚ ਨਰਮੀ ਨਜ਼ਰ ਆਉਂਦੀ ਹੈ। ਦੂਸਰੀ ਚੀਜ਼, ਤੁਹਾਨੂੰ ਗੱਲਬਾਤ ਕਰਨ ਦੇ ਲਈ ਬੁਲਾ ਰਹੇ ਆ, ਪਰ ਉੱਥੇ ਸਿਕਿਉਰਿਟੀ ਵੱਧ ਰਹੀ ਹੈ, ਉੱਥੇ ਫੋਰਸ ਵੱਧ ਰਹੀ, ਬੈਰੀਕੇਡ ਵੱਧ ਰਹੇ, ਕੰਡਿਆਲੀ ਤਾਰਾਂ ਵੱਧ ਰਹੀਆਂ, ਤੁਹਾਨੂੰ ਲੱਗਦਾ ਕੀ, ਅਬਜ਼ਰਵ ਕੀ ਕਰਦੇ ਹੋ ਤੁਸੀਂ? ਸਾਰੇ ਭਰਾਵਾਂ ਨੂੰ ਬੇਨਤੀ, ਆਪਣੇ ਆਪਣੇ ਮੋਬਾਈਲ ਤੋਂ ਸਾਰੇ ਸ਼ੇਅਰ ਕਰੋ। ਪਰ ਗ੍ਰਾਹਕ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਗੱਲਬਾਤ ਲਈ ਵੀ ਸੱਦਦੇ ਹੋ, ਉੱਥੇ ਜਾ ਕੇ ਨਫਰੀ ਵੀ ਵਧਾਈ ਜਾਂਦੇ ਹੋ, ਤੁਹਾਡਾ ਹੀ ਮਨਸ਼ਾ ਕੀ ਹੈਗੀ? ਜਾਂ ਤਾਂ ਉੱਥੇ ਨਰਮ ਕਰੋ, ਜਿਹੜੀਆਂ ਕਿਸਾਨ ਜਥੇਬੰਦੀਆਂ ਦੂਜੀ ਸਟੇਟ 'ਚੋਂ ਆ ਰਹੀਆਂ ਤੁਸੀਂ ਉਹਨਾਂ ਨੂੰ ਵੀ ਡੱਕ ਰਹੇ ਹੋ, ਤੁਸੀਂ ਪੰਜਾਬ ਵਿੱਚ ਸਮਾਨ ਆਉਂਦਾ ਰਾਸ਼ਨ ਪਾਣੀ ਵੀ ਡੱਕ ਰਹੇ ਹੋ, ਇਹ ਨੁਕਤੇ ਰੱਖੇ ਗਏ ਨੇ ਕੋਈ ਜਾਣਕਾਰੀ ਤੁਹਾਡੇ? ਪਰ ਇਹ ਹੁੰਦਾ ਹੀ ਇਸ ਤਰ੍ਹਾਂ, ਅਸੀਂ ਮਤਲਬ ਕਹੀਏ ਸਰਕਾਰ ਨੂੰ, ਸਰਕਾਰ ਦਾ ਸਾਨੂੰ ਪਤਾ, ਸਰਕਾਰ ਦਾ ਰਵੱਈਆ ਜਿਹੜਾ ਪੋਜ਼ਿਟਿਵ ਨਹੀਂ ਹੈ। ਸਰਕਾਰ ਅਜੇ ਸੋਚ ਰਹੀ ਹੈ ਵੀ ਇਹਨਾਂ ਨੂੰ ਰਾਸ਼ਨ ਰੋਕ ਦਿਓ, ਬੰਦੇ ਰੋਕ ਦਿਓ, ਨਾਕੇ ਲਾ ਦਿਓ, ਮਗਰ ਦੀ ਗਿਣਤੀ ਨੂੰ ਕੱਟ ਕੇ ਦੂਜੀ ਗਿਣਤੀ ਨੂੰ ਕਾਬੂ ਕਰਕੇ ਉਹਨਾਂ ਦੇ ਡਾਂਗ ਫੇਰ ਕੇ ਵਾਪਸ ਮੋੜ ਦਈਏ। ਇਹਦਾ ਫਾਇਦਾ ਹੈ ਕਿ ਇਹਨਾਂ ਨੂੰ ਲੇਲੇ ਪੇਪੇ ਕਰਕੇ ਕੁਛ ਨਾ ਕੁਛ ਦੇ ਕੇ ਇਹਨਾਂ ਨੂੰ ਤੁਸੀਂ ਅਬਜ਼ਰਵ ਕੀ ਕਰਦੇ ਹੋ ਫਿਰ ਇਹ ਸੰਘਰਸ਼ ਕਿਸ ਪਾਸੇ ਨੂੰ ਜਾ ਰਿਹਾ, ਸਰਕਾਰ ਦਾ ਰਵੱਈਆ ਕਿਸ ਪਾਸੇ ਨੂੰ ਜਾ ਰਿਹਾ, ਕਿਉਂ ਹੱਲ ਵੱਲ ਤੁਰਦੇ ਲੱਗ ਰਹੇ ਨੇ ਤੁਹਾਨੂੰ, ਜੇ ਤੁਹਾਡੀਆਂ ਮੀਟਿੰਗਾਂ ਇੱਕ ਤੋਂ ਬਾਅਦ ਦੇਖ ਕੇ ਇਸ ਤਰ੍ਹਾਂ ਬੇਸਿੱਟਾ ਰਹਿ ਰਹੀਆਂ ਨੇ? ਨਹੀਂ ਸਾਨੂੰ ਨਹੀਂ ਲੱਗਦੇ ਜਿਹੜਾ ਰਵੱਈਆ ਹੈ ਕਿ ਇਹਦਾ ਹੱਲ ਹੋ ਜਾਵੇਗਾ ਸਾਨੂੰ ਲੱਗਦਾ। ਫਿਰ ਜਥੇਬੰਦੀਆਂ ਦਾ ਕੀ ਅਗਲਾ ਸਟੈਂਡ ਹੈਗਾ? ਅਗਲਾ ਸਟੈਂਡ ਤਾਂ ਇੱਕ ਵਾਰੀ ਹੈ ਵੀ ਗੱਲਬਾਤ ਵਾਸਤੇ ਜਥੇਬੰਦੀਆਂ ਬੈਠਣਗੀਆਂ, ਉਹ ਤੋਂ ਬਾਅਦ ਕਿਸੇ ਜਥੇਬੰਦੀ ਦਾ ਕੀ ਨਿਰਣਾ ਆਪਦਾ ਮੈਸੇਜ ਦੱਸੂਗੀ, ਉਹ ਸਰਕਾਰ ਬਾਰੇ ਕੀ ਹੈ, ਇਹਨਾਂ ਦੇ ਰਵੱਈਏ ਬਾਰੇ ਕੀ ਸੋਚਦੇ ਨੇ ਜਥੇਬੰਦੀ ਨਾਲ ਆਪਦਾ ਮੀਟਿੰਗ ਦੇ ਵਿੱਚ ਹੁੰਦਾ ਹੈ, ਫਿਰ ਉੱਥੇ ਜਿਹੜਾ ਮੀਟਿੰਗ ਦਾ ਫੈਸਲਾ ਹੁੰਦਾ ਸਾਰਾ। ਉਹ ਗ੍ਰਹਿ ਸਾਹਿਬ ਆਖਰੀ ਇੱਕ ਦੋ ਚੀਜ਼ਾਂ ਹੈਗੀਆਂ, ਤੁਹਾਨੂੰ ਵੀ ਅੱਜ ਮੀਟਿੰਗ ਦੇ ਵਿੱਚੋਂ ਡੱਕਿਆ ਗਿਆ,
ਉਹ ਸਾਰਾ ਘਟਨਾਕ੍ਰਮ ਕੀ ਹੋਇਆ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਗੱਲ ਕਰਦੇ ਹੋ ਕਿ ਸਾਨੂੰ ਮੀਟਿੰਗ ਦੇ ਵਿੱਚ ਵੀ ਆਉਣ ਨਹੀਂ ਦਿੰਦੇ ਅਸੀਂ ਉੱਥੇ ਰੱਖੀ ਆ ਗੱਲ ਇਹ ਵੀ ਰਸਤੇ 'ਚ ਰੋਕ ਦਿਆ ਸਾਨੂੰ ਪੁਲਿਸ ਰੋਕ ਲਿਆ ਇਹਦਾ ਕੀ ਬਣਿਆ ਉਹਨਾਂ ਨੇ ਜਾਣੀ ਆਪਣੇ मेरे को कोई गल नहीं मिलता पड़े नहीं जो घर फोन कराने असं इतने आए हुए पंजाब तो अपने रोटी भी खवाई अभी चाह भी पी अभी ना चाह पीती ना पहली मीटिंग खाधी अभी मीटिंग बीजेपी नूं लैके सरकार नूं लैके इह गल ते स्पष्ट हैगी आ भी दो ही बंदे सरकार दे विच फैसला लैंदे ने या अमित शाह लैंदे ने या प्रधानमंत्री मोदी तुहानूं लगदा नहीं कि मीटिंग फिर उस लैवल ते होनी चाहीदी जदों इन्हां दे हत्थ वास ही कुछ नहीं आ इन्हां ने फोन करके पुछना भी असीं इन्हां नाल अगली गल की करिए और जिन्नी पिछों कही जाणी उन्ने ही शब्द बोलने ते फिर तुहानूं नहीं लगदा कि मीटिंग कितें होर करनी चाहीदी आ पॉलिसी मेकर ने अमित शाह ओह पिछे रह के कम कर रहे आ उन्हां दी राय नाल ही होउंदे आ जिहड़ा कुछ उधरों कहा जांदा उही इह कहिंदे आ ते उन्हां ने जिहड़े फैसला कर लिया भी सिर्फ जिहड़ा नबेड़ना इन्हां किसानां दा ਦੋਨੇ ਫੈਸਲੇ ਉਹਨਾਂ ਦੇ ਹੱਥ 'ਚ ਨੇ ਨਵੇੜਨਾ ਹੈ ਵੀ ਇਹਨਾਂ ਨੂੰ ਕੁੱਟਣਾ ਹੈ ਗੁਰਾਂ ਸਾਹਿਬ 5 ਦਸੰਬਰ ਵਾਲੀ ਮੀਟਿੰਗ 'ਚੋਂ ਕੀ ਕੁਝ ਨਿਕਲੂਗਾ 5 ਦਸੰਬਰ ਵਾਲੀ ਮੀਟਿੰਗ 'ਚੋਂ ਵੀ ਕੁਛ ਨਿਕਲਣ ਪਾਉਣ ਦਾ ਆਸ ਨਹੀਂ ਹੈ ਜਿਹੜੇ ਹਿਸਾਬ ਨਾਲ ਅੱਜ ਕੱਲ੍ਹ ਮੀਟਿੰਗ ਚੱਲੀ ਆ ਮੈਨੂੰ ਨਹੀਂ ਲੱਗਦਾ ਕਿ ਜੇ ਚਰਚਾ ਹੀ ਹੋਣੀ ਹੈ ਤਾਂ ਅਮੈਂਡਮੈਂਟ ਵਾਲੀ ਗੱਲ ਤਾਂ ਆ ਰਹੀ ਹੈ ਅਮੈਂਡਮੈਂਟ ਦਾ ਮਤਲਬ ਇਹ ਵੀ ਥੋੜੀਆਂ ਮੋਟੀਆਂ ਸੋਧਾਂ ਕਰ ਦਾਂਗੇ ਪਰ ਸਾਡੀ ਇਹ ਮੰਗ ਨਹੀਂ ਸਾਡੀ ਅੱਛਾ ਤੁਸੀਂ ਮੀਟਿੰਗ ਜਦੋਂ ਹੀ ਆਉਂਗੇ ਜਦੋਂ ਮੰਨਣਗੇ ਹਾਂ ਇੱਕ ਕੋਈ ਨਹੀਂ ਮੀਟਿੰਗ ਲਈ ਆਉਂਗੇ ਹੁਣ ਅਗਲੀ ਵਾਰ ਫਿਰ ਇਹ ਕੱਲ ਨੂੰ ਸੋਚਾਂਗੇ ਠੀਕ ਕੱਲ ਨੂੰ ਸੋਚਾਂਗੇ ਮੀਟਿੰਗ ਕਰਨੀ ਹੈ ਕਿ ਨਹੀਂ ਕਰਨੀ ਹੈਗੀ ਕੇਂਦਰ ਦੇ ਨਾਲ ਅਗਲੀ ਅਗਲੀ ਜਿਹੜੀ ਮੀਟਿੰਗ ਹੋਈ ਆ ਅੱਜ ਦੀ ਲੇਕਿਨ ਡਾਕਟਰ ਸਾਹਿਬ ਜੀ ਗੱਲਬਾਤ ਤਾਂ ਯਾਰ ਕੋਈ ਖਾਸ ਨਹੀਂ ਹੋਈ ਗੱਲਬਾਤ ਤਾਂ ਚੱਲੀ ਹੈ ਸਿਰਫ ਚਰਚਾ ਹੋਈ ਹੈ ਸਰਕਾਰ ਨੇ ਦੱਸਿਆ ਵੀ ਕਾਨੂੰਨ ਠੀਕ ਕਿਵੇਂ ਨੇ ਬਹਿਸ ਹੋਈ ਹੈ ਵੀ ਗਲਤ ਕਿਵੇਂ ਨੇ ਇਹ ਦੋਵੇਂ ਧਿਰਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਕਿ ਬਹੁਤ ਲੰਮਾ ਟਾਈਮ ਬਹਿਸ ਹੋਈ ਹੈ ਬਹਿਸ ਹੋਣ ਤੋਂ ਬਾਅਦ ਲਾਸਟ ਦੇ ਵਿੱਚ ਫਿਰ ਬ੍ਰੇਕ ਹੋ ਗਿਆ ਬ੍ਰੇਕ ਤੋਂ ਬਾਅਦ ਜਿਹੜਾ ਖੇਤੀਬਾੜੀ ਮੰਤਰੀ ਹੈ ਉਹਨੇ ਆ ਕੇ ਪ੍ਰਪੋਜ਼ਲਾਂ ਲਿਆਦੀਆਂ ਵੀ ਇੱਕ ਤੁਹਾਡੀ ਗਰੰਟੀ ਕਰਦੇ ਜੀ MSP ਖਤਮ ਨਹੀਂ ਹੋਊਗੀ ਜੀ ਜੀ ਸਰਕਾਰੀ ਖਰੀਦ ਰਹੂਗੀ ਇਹਦਾ ਕੁਛ ਐ ਨਹੀਂ ਕਿਹਾ ਵੀ ਇਹਦਾ ਲੀਗਲੀ ਪ੍ਰੋਸੈਸ ਕੋਈ ਕਰਾਂਗੇ ਇਹ ਰਹੂਗੀ ਇਹ ਗਰੰਟੀ ਹੈ ਬਾਕੀ ਜਿਹੜਾ ਦੂਜਾ ਹੈਗਾ ਖੁੱਲ੍ਹੀ ਮੰਡੀ ਵਾਲਾ ਉਹ ਵਿਚਾਰ ਲਾਂਗੇ ਜੀ ਉਹ ਸੋਚ ਲਾਂਗੇ APMC ਦੇ ਕੋਈ ਅਸਰ ਨਾ ਪਵੇ ਉਹ ਮੰਡੀ ਕਰਦੇ ਕੋਈ ਅਸਰ ਨਾ ਪਵੇ ਉਹੀ ਜੀ ਕੋਈ ਗੱਲ ਸੋਚ ਲਾਂਗੇ ਖੁੱਲ੍ਹਾ ਰੱਖਾਂਗੇ ਸਰਕਾਰ ਅਤੇ ਤੀਜਾ ਕੰਟਰੈਕਟ ਫਾਰਮ ਮੰਗਾਉਣਾ ਉਹਦੇ 'ਚ ਜਿਹੜਾ ਖਾਸਾ ਤੁਹਾਨੂੰ ਵੀ ਭੂਮੀ ਨਾ ਜਾਵੇ ਇਹੀ ਜੀ ਗੱਲ ਨੂੰ ਉਹ ਖੁੱਲ੍ਹੀਆਂ ਰੱਖਾਂਗੇ ਬੰਦ ਰੱਖਾਂਗੇ ਇਹਨਾਂ ਦੀਆਂ ਗੱਲਾਂ ਹੋਈਆਂ ਨੇ ਕੋਈ ਖਾਸ ਕੱਢਣ ਪਾਉਣ ਵਾਲੀ ਗੱਲ ਉਗਰਾਹ ਜੀ ਅੱਜ ਖਾਣੇ ਦਾ ਵੀ ਬਹਿਸ਼ਕਾਰ ਕੀਤਾ ਗਿਆ ਤੁਹਾਡੇ ਵੱਲੋਂ ਚਾਹ ਦਾ ਔਰ ਖਾਣੇ ਦਾ ਸਰਕਾਰ ਖਾਣੇ ਦਾ ਤਾਂ ਪਤਾ ਨਹੀਂ ਲੱਗਿਆ ਕਿਵੇਂ ਆਇਆ ਇਹਨਾਂ ਨੇ ਕਿਤੇ ਕਹਿ ਤਾਂ ਹੋਣਾ ਸੀ ਪਹਿਲੀ ਵਾਰ ਨਹੀਂ ਖਾਧਾ ਜਦੋਂ ਸਰਕਾਰ ਨੇ ਪੇਸ਼ ਕੀਤਾ ਸੀ ਕਿਉਂ ਨਹੀਂ ਖਾਧਾ ਅਸੀਂ ਇਹਦਾ ਮਤਲਬ ਇਹ ਹੈ ਵੀ ਜਥੇਬੰਦੀਆਂ ਨੂੰ ਕਿਤੇ ਮਿਹਣਾ ਮਾਰਿਆ ਹੋਣਾ ਵੀ ਤੁਹਾਨੂੰ ਰੋਟੀ ਖਵਾਈ ਇਹਨਾਂ ਨੇ ਪਿਛਲੀ ਮੀਟਿੰਗ ਦੇ ਵਿੱਚ ਵੀ ਅਸੀਂ ਬਾਈਕਾਟ ਕੀਤਾ ਸੀ ਅੱਜ ਵੀ ਯਾਨੀ ਸਾਡੇ ਜਥੇਬੰਦੀਆਂ ਨੇ ਫੈਸਲਾ ਕੀਤਾ ਹੋਇਆ ਸੀ ਕਿ ਭਾਈ ਚਾਹ ਪਾਣੀ ਰੋਟੀ ਪਾਣੀ ਆਪਣੀ ਪਿੱਛੇ ਆਊਗੀ ਅਸੀਂ ਆਪਣੀ ਚਾਹ ਪਾਣੀ ਰੋਟੀ ਪਾਣੀ ਬੱਚੇ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ